ਜਿੱਥੇ ਪੂਰੇ ਪੰਜਾਬ ਭਰ 'ਚ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ, ਪੈਟਰੋਲ ਪੰਪ ਅਤੇ ਭਾਜਪਾ ਨੇਤਾਵਾਂ ਦੀ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਮੋਗੇ ਸ਼ਹਿਰ 'ਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਟਰਸਾਈਕਲ ਮਾਰਚ ਦੇ ਜ਼ਰੀਏ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਦੁਸਹਿਰੇ ਵਾਲੇ ਦਿਨ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਉਹਨਾਂ ਕਿਹਾ ਕਿ ਦੁਸਹਿਰੇ ਵਾਲੇ ਦਿਨ ਕਿਸਾਨ ਆਗੂਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇੱਕ ਰੋਸ ਮਾਰਚ ਜਿਹੜਾ ਕੀਤਾ ਜਾ ਰਿਹਾ, ਕੀ ਸੁਨੇਹਾ ਦਿੱਤਾ ਜਾ ਰਿਹਾ? ਅੱਜ ਦਾ ਰੋਸ ਮਾਰਚ ਜਿਹੜਾ ਨਾ, ਉਹ ਇਸ ਕਰਕੇ ਕੀਤਾ ਜਾ ਰਿਹਾ ਕਿ ਮੋਦੀ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਨੇ, ਉਹ ਕਾਨੂੰਨ ਅਸਲ ਵਿੱਚ ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਨੇ। ਕਿਉਂਕਿ ਜੇ ਕਾਰਪੋਰੇਟ ਘਰਾਣੇ ਹੈਗੇ ਆ, ਉਹ ਕਿਸਾਨਾਂ ਦੀ ਲੁੱਟ ਕਰਨਗੇ। ਜੇ ਕਿਸਾਨ ਮਰਦੇ ਹੈਗੇ ਆ, ਤਾਂ ਨਾਲ ਹੀ ਨਾਲ ਜਿਹੜੇ ਸ਼ਹਿਰੀ ਲੋਕ ਜਿਹੜੇ ਹੈਗੇ ਆ, ਛੋਟੇ ਦੁਕਾਨਦਾਰ ਹੋਣ ਚਾਹੇ ਕੋਈ ਰੇਹੜੀ ਫੜੀ ਵਾਲੇ ਹੋਣ, ਉਹ ਵੀ ਮਰਦੇ ਨੇ। ਇਸ ਕਰਕੇ ਸਾਡਾ ਅੱਜ ਦਾ ਸਿਰਫ ਇੰਨਾ ਸੁਨੇਹਾ ਹੈ ਵੀ ਅਸੀਂ ਕੱਲ੍ਹ ਨੂੰ ਮੋਦੀ ਸਰਕਾਰ, ਕਾਰਪੋਰੇਟ ਘਰਾਣੇ, ਅਡਾਨੀ ਅਤੇ ਸਾਮਰਾਜੀ ਜਿਹੜੇ ਨੇ, ਉਹਨਾਂ ਦਾ ਅਸੀਂ ਕੱਲ੍ਹ ਨੂੰ ਪੂਤਲਾ ਫੂਕਣਾ ਹੈਗਾ ਨੇਚਰ ਪਾਰਕ ਮੋਗਾ ਵਿੱਚ। ਉਹਦੇ ਲਈ ਅਸੀਂ ਸ਼ਹਿਰ 'ਚ ਘੁੰਮ ਕੇ ਸ਼ਹਿਰੀਆਂ ਨੂੰ ਸੱਦਾ ਦੇਣ ਲਈ ਅੱਜ ਗੇੜਾ ਦੇਣ ਲੱਗੇ ਹੈਗੇ ਹਾਂ, ਤਾਂ ਕਿ ਕੱਲ੍ਹ ਨੂੰ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਆ ਸ਼ਹਿਰੀ ਜਿਹੜੇ ਹੈਗੇ ਆ, ਉਸ ਮੋਦੀ ਦੇ ਅਤੇ ਕਾਰਪੋਰੇਟ ਘਰਾਣੇ ਦੇ ਪੁਤਲਾ ਫੂਕਣ ਦਾ ਜੋ ਪ੍ਰੋਗਰਾਮ, ਉਹਦੇ ਵਿੱਚ ਸ਼ਾਮਿਲ ਹੋ ਸਕਣ। ਸਰ, ਅਗਲੀ ਰਣਨੀਤੀ ਕੀ ਹੈ, ਕੁਛ ਦੱਸ ਸਕਦੇ ਹੋ? ਅਗਲੀ ਰਣਨੀਤੀ ਤਾਂ ਹਾਲੇ ਹੈਗਾ, ਇਹ ਚੱਲੂਗਾ, ਲੰਮਾ ਸਮਾਂ ਚੱਲੂਗਾ। ਹਾਲੇ ਜਿਹੜਾ ਹੈਗਾ ਇਹ 1 ਤਰੀਕ ਤੋਂ ਬਾਅਦ ਜਾ ਕੇ ਜਿਹੜਾ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਣਗੀਆਂ, ਉਹਨਾਂ ਮੀਟਿੰਗਾਂ ਤੋਂ ਬਾਅਦ ਜਿਹੜਾ ਹੈਗਾ ਅੱਗੇ ਜਾ ਕੇ ਪਤਾ ਲੱਗੂਗਾ ਵੀ ਅਗਲਾ ਕੀ ਹੈਗਾ। ਇਹ ਘਰਾਓ ਦਾ ਜਿਹੜੇ ਹੈਗੇ ਜਾਰੀ ਰਹਿਣਗੇ, ਅਦਾਨੀ ਦਾ ਹੋਵੇ, ਬਾਨੀ ਦਾ ਹੋਵੇ, ਜਿਹੜੇ ਮੌਲ ਹੈਗੇ, ਜਿਹੜੇ ਘੇਰੇ ਵੀ ਹੈਗੇ ਨੇ, ਇਹਨਾਂ 'ਚ ਨਾ ਤਾਂ ਕੋਈ ਚੀਜ਼ ਅੰਦਰ ਜਾਊਗੀ ਅਤੇ ਨਾ ਬਾਹਰ ਜਾਊਗੀ। ਕੱਲ੍ਹ ਇਹਨਾਂ ਨੇ ਦੋ ਥਾਵਾਂ 'ਤੇ ਕੀਤੀ ਆ ਕੋਸ਼ਿਸ਼, ਅਸੀਂ ਰੋਕੇ ਆ ਉਹ ਮੋਗੇ ਦੇ ਅਡਾਨੀ ਵਿੱਚ ਜਿਹੜਾ ਡਗਰੂ ਲਾਇਆ, ਉਹਦੇ 'ਚ ਵੀ ਇੱਕ ਗੱਡੀ ਇਹਨਾਂ ਨੇ ਮਾੜੀ ਹੈਗੀ, ਅਸੀਂ ਬਾਹਰ ਜਾ ਕੇ ਜਿੰਦਾ ਲਾ ਕੇ ਆਉਂਦਾ ਮੁੜ ਕੇ। ਐਂ ਜਿਹੜਾ ਹੈਗਾ ਇਹ ਇੱਕ ਮੁਸਾਫਰ ਗੱਡੀ ਵੀ ਫਿਰੋਜ਼ਪੁਰ ਤੋਂ ਚੱਲੀ ਪਈ, ਉਹ ਵੀ ਕਿਸਾਨਾਂ ਨੇ ਰੋਕੀ ਹੈ। ਐਂ ਜਿਹੜਾ ਹੈਗਾ ਥਰਮਲ ਪਲਾਂਟ ਵਾਲਾ ਨਹੀਂ ਹੈਗਾ, ਉੱਥੇ ਵੀ ਕੋਲੇ ਦੀਆਂ ਗੱਡੀਆਂ ਜਾ ਰਹੀਆਂ ਸੀ, ਉਹ ਵੀ ਸਾਡੇ ਜਿਹੜੇ ਸਾਥੀਆਂ ਨੇ ਰੋਕੀਆਂ ਹੈਗੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਂ ਚੱਲੂਗਾ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਹੋਵੇ, ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪੰਡਿਤ ਵਿਖੇ ਸ਼ਾਸਤਰੀ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ। 7 ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਇੱਕ ਫੋਨ ਤੇ ਕਰਵਾ ਸਕਦੇ ਹੋ ਕੰਮ, ਜਿਵੇਂ ਵਸ਼ੀਕਰਨ, ਲਵ ਮੈਰਿਜ, ਵਿਦੇਸ਼ ਵਿੱਚ ਪੱਕੇ ਹੋਣਾ, ਪੀਆਰ ਦੀ ਸਮੱਸਿਆ, ਸੌਂਤ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪਤੀ ਪਤਨੀ ਵਿੱਚ ਕਲੇਸ਼, ਕੋਰਟ ਕਚਹਿਰੀ, ਬੱਚਿਆਂ ਦਾ ਕਹਿਣੇ ਤੋਂ ਬਾਹਰ, ਤੁਹਾਡੇ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਪੰਡਿਤ ਵੀਕੇ ਸ਼ਾਸਤਰੀ ਨੂੰ ਫੋਨ ਕਰੋ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ, ਢਿੱਲੋਂ ਮਾਰਕੀਟ ਨਜ਼ਦੀਕ, ਰੇਲਵੇ ਲਾਈਨ, ਗੁਰਾਇਆ। ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ। ਫੋਨ ਨੰਬਰ 99682 98782।